स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड ढाब ढाबे बामण वाले वाली बाई दी है दोस्तों, कोटकपुरे के बिल्कुल नेड़ा। तो जिहड़े घर चो वीडियो बना रहे हैं इन्हां दा पशु पालन का कम, पर जिवें जिवें पशु कोई एक अद्धा दोस्तों वध हो जांदा घर दे विच उवें अगे सेल हुंदे आ। सो तीजी वीडियो इस घर चो बनाउण लगा, पिछले डेढ़ कु साल तो वीर नाल मिले सी, पहली वीडियो बनाई उदू बाद फिर एक गां वेची, तो अज तीजी वीडियो ते आ गए बाई को। जिहड़ी अज गां दोस्तों ये भी थोनू पसंद आ जानी है क्योंकि इहदा रेट वाजब जिहा होणा है। घरेलू गां ब्रीड वाइज चंगी है पर संभाल, क्योंकि कई बार घरां दे विच उदां दी हुंदी उस हिसाब ते संभाली भी है। दुध जिन्ना बाई ने चोया होया उम्मीद है सेवा वाला वीर होर वध चोलूगा। बाकी ये भी है भी ये बरीक चमड़ी दी है बिल्कुल दिसदी, तो उहदे करके भी थोड़ा जिहा थोनू फिक्की जरूर लगेगी, पर वैड कद काठ वाली सोहणे थणा दी है। इहदे बारे आपां जानकारी लैंदे हां बाई तों, फिर थोनू तोर के दिखाउणे हां। ਬਾਈ ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪ? ਲਖਵੀਰ ਸਿੰਘ ਆ ਜੀ। ਠੀਕ ਹੈ ਲਖਵੀਰ ਬਾਈ, ਕਿੰਨਵਾ ਸੂਆ ਗਾਂ ਸੂ? ਇਹ ਦੂਜੇ ਆ ਜੀ। ਦੂਜੇ ਸੂਏ ਸੋਨੇ, ਕਿੰਨੇ ਕੁ ਦਿਨ ਲੈ ਜੂ ਬਾਈ ਇਹ? ਇਹ 5 ਤਰੀਕ ਨੂੰ ਦਿਨ ਪੂਰਿਆ, ਫਿਰ ਗਰਮੀ ਦੇ ਡਿਪੈਂਡ ਆ ਜੀ। ਠੀਕ ਹੈ, ਉਹ ਵੈਸੇ 5 ਤਰੀਕ ਨੂੰ ਦਿਨ ਪੂਰਿਆ। ਹਾਂਜੀ ਹਾਂਜੀ। ਦੁੱਧ ਬਾਈ ਪਹਿਲੇ ਸੂਏ ਕਿੰਨਾ ਕੁ ਦੇਗੀ? ਇਹ 20 ਲੀਟਰ ਦਾ ਅੰਦਾਜ਼ਾ ਹੀ ਆ ਬੱਚ, ਚੂਹੇ ਆਇਆ ਵੀ ਆਮ ਸੇਵਾ ਨਾਲ ਵੱਧ ਵੀ ਸਕਦੀ ਹੈ। ਠੀਕ ਹੈ, ਅੱਗੇ ਵੈੜ ਚੂਹੇ ਦਿੱਤੀ ਆ 32 ਲੀਟਰ, ਅਗਲੇ ਕੋਲੇ ਦੁੱਧ ਤਿਆਰ ਆ, ਉਹਨੇ ਫੋਨ ਕਰਿਆ ਸਾਨੂੰ, ਇਹਦੀ ਭੈਣ ਸੀਗੀ। ਅੱਛਾ, ਹੁਣ ਇਹਦਾ ਰੇਟ ਆਪਾਂ ਕੀ ਰੱਖਿਆ ਬਾਈ? 55,000 ਹੈ ਜੀ। 55,000? ਹਾਂਜੀ। ਮਾਨਤਾਨ ਤਾਂ ਹੋਜੂ? ਹਾਂਜੀ ਹੋਜੂਗਾ ਜੀ। ਤੋਰੀ ਬਾਈ ਦੋਸਤੋ, 5 ਤਰੀਕ ਨੂੰ ਦਿਨ ਪੂਰੇ ਹੁੰਦੇ ਆ, ਤੇ ਤਰੀਕ ਅੱਜ ਜਿਹੜੀ ਉਹ 28 ਤਰੀਕ ਹੈ, 2 ਕੁ ਦਿਨ ਇਹ ਤੇ 5 ਦਿਨ ਉਹ, 7 ਕੁ ਦਿਨ ਦੋਸਤੋ ਪਏ ਆ। ਕੱਦ ਕਾਠ ਚੰਗਾ, 55,000 ਡਿਮਾਂਡ ਆ। ਹਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ, ਹੁਣ ਵੀ ਹਵਾਨਾ ਠੀਕ ਹੈ, ਸੋਹਣਾ ਦਿਸਦਾ। ਬਰੀਡ ਵਾਈਜ ਵੈਡ ਚੰਗੀ ਹੈ ਦੋਸਤੋ, ਤੇ ਸੇਵਾ ਥੋੜ੍ਹੀ ਜਿਹੀ ਵੱਧ ਭਾਲੂਗੀ, ਇਹਦੇ ਨਾਲ ਦੁੱਧ ਚੰਗਾ ਦੇ ਦੂਗੀ। ਲਿਆ ਬਾਈ, ਕਈ ਵਾਰ ਹਰੇਕ ਦੀ ਪਹੁੰਚ ਨਹੀਂ ਹੁੰਦੀ, ਉਹਨਾਂ ਰਾਸ਼ਨ ਨਹੀਂ ਪੈਂਦਾ ਜਿੰਨਾ ਇਹ ਗਾਵਾਂ ਦੁੱਧ ਕੱਢ ਦਿੰਦੀਆਂ, ਕਿਉਂਕਿ ਇਹ ਇੱਦਾਂ ਦੀ ਬਰੀਡ ਹੈ ਦੋਸਤੋ ਜਿਹਨੇ ਆਪਦਾ ਢਾਂਚੇ ਦਾ ਵੀ ਬਹੁਤਾ ਨਹੀਂ ਸੋਚਦੀਆਂ, ਦੁੱਧ ਦੇਣ 'ਤੇ ਆਉਂਦੀਆਂ, ਅਤੇ ਮਸ਼ੀਨਾਂ ਹੀ ਦੁੱਧ ਦੀਆਂ ਇਹਨਾਂ ਨੂੰ ਕਿਹਾ ਜਾਂਦਾ। ਸੋ ਇਹ ਦੂਜਾ ਸੂਆ ਸੁਣਦੀ ਵੈੜ ਵਿਖਾਊ ਆ, ਜਿਹੜਾ ਵੀਰ ਪਸੰਦ ਕਰੇ ਕੰਟੈਕਟ ਕਰ ਸਕਦੇ ਹੋ। ਰੇਟ 55,000 ਹੈ, ਮਾਨਤਾਨ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਮੌਕੇ 'ਤੇ ਕਰੂਗਾ। ਥਣ ਇਹਦਾ ਬਹੁਤ ਸੋਹਣਾ, ਹੱਥੀਂ ਚਵਾਈ ਵਾਲਾ, ਡਿਮਾਂਡ 55 ਦੀ, ਮੌਕੇ 'ਤੇ ਰੇਟ ਘਟੂਗਾ। ਸੋ ਜਿਹਨੂੰ ਪਸੰਦ ਆਵੇ, ਹੁਣੇ ਹੀ ਨਵਾਈ ਆ ਦੋਸਤੋ, ਉਹਦੇ ਕਰਕੇ ਰੰਗ ਪੀਲੇ ਪੰਚ ਲੱਗੂਗਾ, ਪਰ ਬਿਲਕੁਲ ਚਿੱਟੇ ਰੰਗ ਦੀ ਇਹ ਵੈੜ ਆ। ਜਿਵੇਂ ਜਿਵੇਂ ਧੁੱਪੂਗਾ, ਧੁੱਪ 'ਚ ਸੁੱਕੂਗਾ ਇਹਦੇ ਵਾਲ ਜਿਹੜੇ ਆ, ਤਾਂ ਉਹਦੇ ਨਾਲ ਹੋਰ ਚਿੱਟਾ ਰੰਗ ਇਹਦਾ ਦਿਸੂਗਾ। ਸੋ ਜਿਹਨੂੰ ਇਹ ਪਸੰਦ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਧੰਨਵਾਦ, ਮਿਹਰਬਾਨੀ ਵੀਡੀਓ ਦੇਖਣ ਵਾਸਤੇ।